ਸਤ ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਸਿਹਤਮੰਤ ਤੇ ਤੰਦਰੁਸਤ ਹੋਗੇ ਤਾਂ ਕਿਸਾਨ ਵੀਰੋ ਅੱਜ ਆਪਾਂ ਹਰ ਦਿਨ ਦੀ ਤਰ੍ਹਾਂ ਗੱਲ ਕਰਾਂਗੇ ਝੋਨੇ ਦੇ ਰੇਟਾਂ ਦੀ ਜਿੱਦਾਂ ਕੀ ਹੁਣ ਮੰਡੀਆਂ ਦੇ ਵਿੱਚ ਲਗਭਗ ਸਾਰੀਆਂ ਵੈਰਾਈਟੀਆਂ ਹੀ ਥੋੜੀਆਂ ਬਹੁਤ ਆਉਣੀਆਂ ਸ਼ੁਰੂ ਹੋ ਗਈਆਂ ਹਨ ਤੱਕ ਸਾਨ ਵੀਰੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਜਿਹੜੇ ਮੇਰੇ ਕਿਸਾਨ ਵੀਰ ਇਸ ਚੈਨਲ ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਜਿਹੜੇ ਮੇਰੇ ਵੀਰ ਇਹੀ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹਨ ਉਹ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤਾਂ ਜੋ ਹਰ ਇੱਕ ਕਿਸਾਨ ਵੀਰ ਤੱਕ ਐਦਾਂ ਦੀ ਸਹੀ ਜਾਣਕਾਰੀ ਪਹੁੰਚ ਸਕੇ ਤਾਂ ਆਓ ਕਿਸਾਨ ਵੀਰੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਮੰਡੀਆਂ ਦੇ ਵਿੱਚ ਝੋਨੇ ਦੇ ਰੇਟ ਦੀ ਤਾਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਸਾਡੇ ਸ਼ਹਿਰ सिरसा ਤੋਂ ਤਾਂ सिरसा ਦੇ ਵਿੱਚ ਪੀਆਰ 11 ਦਾ ਰੇਟ 2241 ਰੁਪਏ ਪ੍ਰਤੀ ਕਵਾਂਟਲ ਤੱਕ ਵਿਕਿਆ ਹੈ ਅਤੇ ਉਸ ਤੋਂ ਬਾਅਦ ਖਨੋਰੀ ਮੰਡੀ 'ਚ 1509 ਕੰਬਾਈਨ ਵਾਲੇ ਦਾ ਰੇਟ 3785 ਰੁਪਏ ਪ੍ਰਤੀ ਕਵਾਂਟਲ ਅਤੇ ਜੰਗੀਰਾਬਾਦ ਮੰਡੀ ਵਿਖੇ 1509 ਕੰਬਾਈਨ ਵਾਲੇ ਦਾ ਰੇਟ 3476 ਰੁਪਏ ਅਤੇ 1509 ਹੱਥ ਵਾਲੇ ਦਾ ਰੇਟ 3600 ਰੁਪਏ ਅਸੰਧ ਮੰਡੀ ਵਿਖੇ 1509 ਕੰਬਾਈਨ ਵਾਲਾ 3300 ਰੁਪਏ ਹਾਦਰਸ ਮੰਡੀ ਵਿਖੇ 1509 ਕੰਬਾਈਨ ਵਾਲਾ 3471 ਰੁਪਏ ਪ੍ਰਤੀ ਕੁਇੰਟਲ ਬੂੰਦੀ ਮੰਡੀ ਵਿਖੇ 1509 ਕੰਬਾਈਨ ਵਾਲਾ 3671 ਰੁਪਏ ਸੰਬਲ ਮੰਡੀ ਵਿਖੇ 1509 ਕੰਬਾਈਨ ਵਾਲਾ 3200 ਰੁਪਏ ਅਤੇ आरएच 10 ਝੋਨਾ 2650 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਹੈ ਅਤੇ ਗੋਹਾਣਾ ਮੰਡੀ ਵਿਖੇ 1509 ਕੰਬਾਈਨ ਵਾਲਾ 3555 ਰੁਪਏ ਪ੍ਰਤੀ ਕੁਇੰਟਲ ਤਲਾਇਤ ਮੰਡੀ ਵਿਖੇ 1509 ਕੰਬਾਈਨ ਵਾਲਾ 3552 ਰੁਪਏ ਪ੍ਰਤੀ ਕੁਇੰਟਲ ਪੀਹੋਵਾ ਮੰਡੀ ਵਿੱਚ 1509 ਕੰਬਾਈਨ ਵਾਲੇ ਦਾ ਰੇਟ 3561 ਰੁਪਏ ਲਾੜਵਾ ਮੰਡੀ ਵਿਖੇ 1509 ਹੱਥ ਵਾਲੇ ਦਾ ਰੇਟ 3800 ਰੁਪਏ ਗੁਰੂ ਖੇਤਰ ਮੰਡੀ ਵਿੱਚ 1509 ਕੰਬਾਈਨ ਵਾਲਾ 3641 ਰੁਪਏ ਅਤੇ 1509 ਹੱਥ ਵਾਲਾ 3799 ਰੁਪਏ ਪ੍ਰਤੀ ਕਵਾਂਟਲ ਨਜਫਗੜ ਮੰਡੀ ਵਿਖੇ 1509 ਕੰਬਾਈਨ ਵਾਲਾ 3550 ਰੁਪਏ ਅਤੇ 1509 ਹੱਥ ਵਾਲਾ 3805 ਰੁਪਏ ਪ੍ਰਤੀ ਕਵਾਂਟਲ ਕੋਸੀ ਕਲਾ ਮੰਡੀ ਵਿਖੇ 1509 ਕੰਬਾਈਨ ਵਾਲਾ 3425 ਰੁਪਏ ਪ੍ਰਤੀ ਕੁਇੰਟਲ ਅਤੇ ਜੇ ਗੱਲ ਕਰੀਏ ਪੰਜਾਬ ਦੀਆਂ ਮੰਡੀਆਂ ਦੀ ਤਾਂ ਅਮਰitsar ਮੰਡੀ ਵਿਖੇ 1509 ਕੰਬਾਈਨ ਵਾਲਾ 3636 ਰੁਪਏ ਪ੍ਰਤੀ ਕੁਇੰਟਲ ਅਤੇ ਜੰਡਿਆਲਾ ਗੁਰੂ ਮੰਡੀ ਵਿਖੇ 1509 ਕੰਬਾਈਨ ਵਾਲਾ 3670 ਰੁਪਏ ਤਰਨਤਾਰਨ ਮੰਡੀ ਵਿਖੇ 1509 ਕੰਬਾਈਨ ਵਾਲਾ 3615 ਰੁਪਏ ਤੇ ਨਾਬਾ ਮੰਡੀ ਵਿਖੇ 1509 ਕੰਬਾਈਨ ਵਾਲਾ 3695 ਰੁਪਏ ਫਤੇਗੜ ਚੂੜੀਆਂ ਮੰਡੀ ਵਿਖੇ 1509 ਕੰਬਾਈਨ ਵਾਲਾ 3670 ਰੁਪਏ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਰਤਿਆ ਮੰਡੀ ਦੀ ਜਿੱਥੇ 1509 ਕੰਬਾਈਨ ਵਾਲਾ 3636 ਰੁਪਏ ਪ੍ਰਤੀ ਕੁਇੰਟਲ ਨੂ ਮੰਡੀ ਵਿਖੇ 1509 ਕੰਬਾਈਨ ਵਾਲਾ 3450 ਰੁਪਏ ਜਾਖਲ ਮੰਡੀ ਵਿਖੇ 1509 ਕੰਬਾਈਨ ਵਾਲਾ 3674 ਰੁਪਏ ਪਲਵਲ ਮੰਡੀ ਵਿਖੇ 1500 ਨੂੰ ਕੰਬਾਈਨ ਵਾਲਾ 3441 ਰੁਪਏ ਸਮਾਣਾ ਮੰਡੀ ਵਿਖੇ 1509 ਹੱਥ ਵਾਲਾ 3705 ਰੁਪਏ ਬਾਬਰਪੁਰ ਮੰਡੀ ਵਿਖੇ 1509 ਕੰਬਾਈਨ ਵਾਲਾ 3500 ਰੁਪਏ ਪ੍ਰਤੀ ਕਵਾਂਟਲ ਰਾਇਆ ਯੂਪੀ ਵਿਖੇ 1509 ਹੱਥ ਵਾਲੇ ਦਾ ਰੇਟ 3461 ਰੁਪਏ ਅਤੇ ਫਤਿਹਾਬਾਦ ਮੰਡੀ ਵਿਖੇ 1509 ਕੰਬਾਈਨ ਵਾਲੇ ਦਾ ਰੇਟ 3625 ਰੁਪਏ ਪ੍ਰਤੀ ਕਵਾਂਟਲ ਅਤੇ ਜੇ ਗੱਲ ਕਰੀਏ ਆਪਾਂ ਡਬਰੀ ਮੰਡੀ ਦੀ ਤਾਂ ਉਥੇ 1509 ਦਾ ਰੇਟ 3450 ਰੁਪਏ ਗਦਰਪੁਰ ਮੰਡੀ ਵਿਖੇ ਪੀ ਆਰ 26 ਦਾ ਰੇਟ 1821 ਰੁਪਏ ਅਤੇ ਸਰਪਤੀ ਝੋਨੇ ਦਾ ਰੇਟ 2150 ਰੁਪਏ ਤੇ 1509 ਕੰਬਾਈਨ ਵਾਲੇ ਦਾ ਰੇਟ 3150 ਰੁਪਏ ਤਾਂ ਜੇ ਗੱਲ ਕਰੀ ਆਪਾਂ ਤਰਾਵੜੀ ਮੰਡੀ ਦੀ ਤਾਂ ਉਥੇ 1509 ਹੱਥ ਵਾਲੇ ਦਾ 3782 ਰੁਪਏ ਪ੍ਰਤੀ ਕੁਇੰਟਲ ਅਤੇ ਜੇ ਗੱਲ ਕਰੀਏ ਚੀਕਾ ਮੰਡੀ ਦੀ ਤਾਂ ਉਥੇ ਪੀਆਰ 26 ਦਾ ਰੇਟ 2300 ਰੁਪਏ ਅਤੇ 1509 ਕੰਬਾਈਨ ਵਾਲੇ ਦਾ ਰੇਟ 3600 ਰੁਪਏ ਪ੍ਰਤੀ ਕੁਆਂਟਲ ਤੇ ਡਿਬਾਈ ਮੰਡੀ ਵਿਖੇ 1509 ਕੰਬਾਈਨ ਵਾਲੇ ਦਾ 3650 ਰੁਪਏ ਅਤੇ ਸੁਗੰਦਾ ਝੋਨੇ ਦਾ ਰੇਟ 3025 ਰੁਪਏ ਅਤੇ ਆਰਐਚ 10 ਝੋਨੇ ਦਾ ਰੇਟ 2600 ਰੁਪਏ ਪ੍ਰਤੀ ਕੁਆਂਟਲ ਖੈਰ ਮੰਡੀ ਵਿਖੇ ਆਰਚ 10 ਝੋਨੇ ਦਾ ਰੇਟ 2700 ਰੁਪਏ ਸੁਗੰਦਾ ਝੋਨੇ ਦਾ ਰੇਟ 3000 ਰੁਪਏ ਪ੍ਰਤੀ ਕੁਇੰਟਲ 1509 ਕੰਬਾਈਨ ਵਾਲਾ 3501 ਰੁਪਏ ਅਤੇ 1509 ਹੱਥ ਵਾਲਾ 3650 ਰੁਪਏ ਨਿਰਵਾਣਾ ਮੰਡੀ ਵਿਖੇ 1509 3700 ਰੁਪਏ ਕੰਬਾਈਨ ਵਾਲਾ ਸੋਨੀਪਤ ਮੰਡੀ ਵਿਖੇ ਕੰਬਾਈਨ ਵਾਲਾ 1509 3552 ਅਤੇ 1509 ਹੱਥ ਵਾਲਾ 3801 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਹੈ ਤੇ ਜੇ ਗੱਲ ਕਰੀਏ ਕੈਂਥਲ ਮੰਡੀ ਦੀ ਤਾਂ ਉੱਥੇ 1509 ਕੰਬਾਈਨ ਵਾਲਾ 3595 ਰੁਪਏ ਅਤੇ ਪੀ ਆਰ 14 2200 ਰੁਪਏ ਪ੍ਰਤੀ ਕੁਇੰਟਲ ਅਤੇ ਸਮਾਲਖਾ ਮੰਡੀ ਵਿਖੇ 1509 ਕੰਬਾਈਨ ਵਾਲਾ 3551 ਰੁਪਏ ਤੇ 1509 ਹੱਥ ਵਾਲਾ 3751 ਰੁਪਏ ਸ਼ਰਰਾ ਮੰਡੀ ਵਿਖੇ 1509 ਹੱਥ ਵਾਲਾ 3681 ਰੁਪਏ ਤਕਸਾਨ ਵੀਰੋ ਇਹ ਸਨ ਅੱਜ ਦੇ ਕੁਝ ਤਾਜ਼ਾ ਰੇਟ ਅਤੇ ਐਸੇ ਤਰ੍ਹਾਂ ਹੀ ਚੈਨਲ ਦੇ ਨਾਲ ਆਪਣਾ ਪਿਆਰ ਬਣਾਈ ਰੱਖਿਓ ਤੇ ਜਿਹੜੇ ਮੇਰੇ ਵੀਰ ਇਸ YouTube ਚੈਨਲ ਤੇ ਨਵੇਂ ਹਨ ਉਹ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਜੋ ਮੇਰੇ ਵੀਰ ਇਹੀ ਵੀਡੀਓ Facebook ਪੇਜ ਤੇ ਦੇਖ ਰਹੇ ਹਨ ਉਹ Facebook ਪੇਜ ਨੂੰ ਜ਼ਰੂਰ ਫੋਲੋ ਕਰ ਲੋ ਤਾਂ ਜੋ ਹਰ ਇੱਕ ਛਾਣ ਵੀਰ ਤੱਕ ਸਹੀ ਜਾਣਕਾਰੀ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪੋ ਆਪਣੇ ਏਰੀਆ ਦਾ ਰੇਟ ਜ਼ਰੂਰ ਦੱਸ ਦਿਆ ਕਰੋ ਧੰਨਵਾਦ ਤੁਹਾਡਾ ਦਿਨ ਸ਼ੁਭ ਹੋਵੇ